ਦਿਖਾਈ ਦੇ ਰਹੀਆਂ ਤਸਵੀਰਾਂ ਨੇ ਲਹਿਰਾ ਗਾਗਾ ਦੇ ਨੇੜੇ ਪਿੰਡ ਗਿਦੜਿਆਣੀ ਦੀਆਂ, ਜਿੱਥੇ ਅੱਜ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰਿਆਂ ਵਾਲੇ ਦੇ ਦੀਵਾਨ ਸ਼ੁਰੂ ਹੋ ਚੁੱਕੇ ਨੇ। ਤਸਵੀਰਾਂ 'ਚ ਤੁਸੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਢੱਡਰਿਆਂ ਵਾਲਿਆਂ ਦਾ ਦੀਵਾਨ ਰੁਕਾਉਣ ਲਈ ਅੱਗੇ ਵੱਧਦੇ ਦੇਖ ਸਕਦੇ ਹੋ ਕਿ ਕਿਵੇਂ ਹੱਥਾਂ 'ਚ ਨੇਜੇ, ਤੀਰ, ਕਮਾਨ ਅਤੇ ਹੋਰ ਹਥਿਆਰ ਲੈ ਕੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਅੱਗੇ ਵੱਧ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਸਿੰਘਾਂ ਨੂੰ ਰੋਕਣ ਲਈ ਪੁਲਿਸ ਵੀ ਪੂਰੀ ਜੱਦੋਜਹਿਦ ਕਰ ਰਹੀ ਹੈ। ਤਸਵੀਰਾਂ 'ਚ ਪੁਲਿਸ ਅਤੇ ਸਿੰਘਾਂ ਨੂੰ ਤੁਸੀਂ ਆਪਸ ਵਿੱਚ ਤਕਰਾਰਬਾਜ਼ੀ ਕਰਦੇ ਦੇਖ ਸਕਦੇ ਹੋ। ਕਾਲੇ ਬਾਣੇ 'ਚ ਸਜਿਆ ਜੋ ਗੁਰੂ ਦਾ ਸਿੰਘ ਹੱਥ 'ਚ ਨੇਜਾ ਅਤੇ ਤੀਰ ਕਮਾਨ ਫੜੀ ਦਿਖਾਈ ਦੇ ਰਿਹਾ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਣੀ ਜਿੱਤ ਤੇ ਕਾਇਮ ਹੈ ਕਿ ਉਹ ਢੱਡਰਿਆਂ ਵਾਲਿਆਂ ਦੇ ਇਹ ਦੀਵਾਨ ਨਹੀਂ ਹੋਣ ਦੇਣਗੇ। ਇੱਕ ਵਾਰ ਤੁਸੀਂ ਵੀ ਦੇਖੋ ਨਿਹੰਗ ਸਿੰਘ ਅਤੇ ਪੁਲਿਸ ਵਿਚਕਾਰ ਹੋਈ ਤਕਰਾਰਬਾਜ਼ੀ ਦੀ ਇਹ ਵੀਡੀਓ, ਫਿਰ ਦੱਸਦੇ ਹਾਂ ਕਿ ਅੱਗੇ ਕੀ ਹੋਇਆ। ਗੁਰਬਾਣੀ ਤੇ ਇਤਿਹਾਸ ਤੇ ਪਹਿਲਾਂ ਨੀ। ਅਗਲੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਦੀਵਾਨ ਲੱਗੇ ਨੇ ਉੱਥੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਦੀਵਾਨ ਸੁਣਨ ਵਾਲਿਆਂ ਨੂੰ ਪੁਲਿਸ ਵੱਲੋਂ ਪੂਰੀ ਚੈਕਿੰਗ ਕਰਨ ਤੋਂ ਬਾਅਦ ਹੀ ਪੰਡਾਲ ਵਿੱਚ ਜਾਣ ਦਿੱਤਾ ਜਾ ਰਿਹਾ। ਦੇਖ ਸਕਦੇ ਹੋ ਕਿ ਸੰਗਤਾਂ ਪੰਡਾਲ 'ਚ ਬੈਠ ਕੇ ਸਿੱਖ ਪ੍ਰਚਾਰਕ ਢੱਡਰਿਆਂ ਵਾਲਿਆਂ ਦੇ ਦੀਵਾਨ ਸੁਣ ਰਹੀਆਂ ਨੇ। ਗਾਗ ਬਣੀ ਜਿਵੇਂ ਆਪਾਂ ਆ ਸ਼ਬਦ ਪੜ੍ਹਦੇ ਮੈਂ ਬਣ ਜਾਣ ਰੱਬ ਕੀ ਤੇਰਾ ਨਾਮ ਕੀ ਤੇਰਾ ਨਾਮ ਬਖਸ਼ ਬਾਬਾ ਰੱਬ ਕੀ ਤੇਰਾ ਨਾਮ ਬਖਸ਼ ਬਾਬਾ। ਪੁਲਿਸ ਪ੍ਰਸ਼ਾਸਨ ਦੀ ਛਤਰ ਛਾਇਆ ਹੇਠ ਦੀਵਾਨ ਸ਼ੁਰੂ ਕੀਤੇ ਗਏ ਅਤੇ ਪੁਲਿਸ ਵੱਲੋਂ ਭਾਰੀ ਫੋਰਸ ਤੈਨਾਤ ਕੀਤੀ ਗਈ ਹੈ। ਪਰ ਜੇ ਦੇਖਿਆ ਜਾਵੇ ਤਾਂ ਦਮਦਮੀ ਟਕਸਾਲ ਅਤੇ ਹੋਰ ਸਿੱਖ ਜਥੇਬੰਦੀਆਂ ਵੀ ਇਹਨਾਂ ਦੀਵਾਨਾਂ ਨੂੰ ਰੁਕਾਉਣ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਨੇ। ਅੱਜ ਦੀਵਾਨਾਂ ਦਾ ਪਹਿਲਾ ਦਿਨ ਹੈ, ਅਜੇ 2 ਦਿਨ ਹੋਰ ਦੀਵਾਨ ਚੱਲਣਾ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ। ਦੇਖਦੇ ਹਾਂ ਕਿ ਪ੍ਰਸ਼ਾਸਨ ਰਣਜੀਤ ਸਿੰਘ ਢੱਡਰਿਆਂ ਵਾਲਿਆਂ ਦੇ ਇਹਨਾਂ ਦੀਵਾਨਾਂ ਨੂੰ ਸਫਲ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਉਹਨਾਂ ਸਿੰਘਾਂ ਦੀ ਜਿੱਤ ਹੋਵੇਗੀ ਜੋ ਇਹਨਾਂ ਦੀਵਾਨਾਂ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਨੇ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।